ਫਿਰੋਜ਼ਪੁਰ ਦੇ ਕਸਬਾ ਮੁਤਕੀ ਦੇ ਰਹਿਣ ਵਾਲੇ 42 ਸਾਲਾ ਪ੍ਰਭਜੀਤ ਸਿੰਘ ਨੇ ਹਨੀ ਟ੍ਰੈਪ 'ਚ ਕੀਤੀ ਖੁਦਕੁਸ਼ੀ। ਪੰਜਾਬ ਵਿੱਚ ਆਮ ਲੋਕ ਪਹਿਲਾਂ ਹੀ ਹਨੀ ਟ੍ਰੈਪ ਅਤੇ ਮੋਬਾਈਲ ਹੈਕਰਾਂ ਅਤੇ ਬਲੈਕਮੇਲਰਾਂ ਦੇ ਜਾਲ ਵਿੱਚ ਫਸ ਕੇ ਲੱਖਾਂ ਰੁਪਇਆਂ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਈ ਲੋਕ ਇਸ ਵਿੱਚ ਫਸ ਕੇ ਖੁਦਕੁਸ਼ੀ ਕਰਕੇ ਆਪਣੀ ਜਾਨ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਹੈ, ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੁਦਕੀ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਮੁਦਕੀ ਦਾ ਰਹਿਣ ਵਾਲਾ 42 ਸਾਲਾ ਪ੍ਰਭਜੀਤ ਸਿੰਘ ਵੀ ਹਨੀ ਟ੍ਰੈਪ ਵਿੱਚ ਫਸ ਗਿਆ। ਮੋਬਾਈਲ ਹੈਕਰਾਂ ਨੇ ਉਸ ਨੂੰ ਬਲੈਕਮੇਲ ਕਰਕੇ ਉਸ ਤੋਂ ਲੱਖਾਂ ਰੁਪਏ ਦੀ ਠੱਗੀ ਮਾਰੀ ਅਤੇ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਹੇ ਸਨ। ਜਦੋਂ ਉਸ ਕੋਲ ਦੇਣ ਲਈ ਹੋਰ ਪੈਸੇ ਨਹੀਂ ਸਨ ਤਾਂ ਉਸਨੇ ਆਪਣੇ ਹੀ ਘਰ ਦੇ ਬਾਥਰੂਮ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੂੰ ਉਸਦੇ ਘਰ ਮਿਲੇ ਸੂਸਾਈਡ ਨੋਟ ਤੋਂ ਸਾਰੀ ਘਟਨਾ ਦਾ ਪਤਾ ਲੱਗਾ। ਪ੍ਰਭਜੀਤ ਸਿੰਘ ਕੁਝ ਮੋਬਾਈਲ ਹੈਕਰਾਂ ਦੇ ਜਾਲ ਵਿੱਚ ਫਸ ਗਿਆ ਸੀ ਅਤੇ ਉਹਨਾਂ ਵੱਲੋਂ ਬਲੈਕਮੇਲ ਕਰਨ 'ਤੇ ਤੰਗ ਆ ਕੇ ਉਸਨੇ ਖੁਦਕੁਸ਼ੀ ਕਰ ਲਈ ਸੀ, ਜਿਸ ਦੀ ਸਾਰੀ ਜਾਣਕਾਰੀ ਪਰਿਵਾਰ ਵੱਲੋਂ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ। ਪੀੜਿਤ ਪਰਿਵਾਰ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪ੍ਰਭਜੀਤ ਸਿੰਘ ਨੂੰ ਖੁਦਕੁਸ਼ੀ ਕਰਨ ਦੀ ਮੰਗ ਕੀਤੀ। ਮੇਰਾ ਨਾਮ ਹਰਜੀਤ ਕੌਰ ਹੈ ਜੀ। ਮੇਰੇ ਪਤੀ ਇੱਕ ਬਹੁਤ ਹੀ ਚੰਗੇ ਪਿਤਾ ਸੀ, ਉਹ ਵਧੀਆ ਆਪਦਾ ਰੁਜ਼ਗਾਰ ਆਪਦਾ ਚਲਾ ਕੇ ਆਪਦੇ ਬੱਚਿਆਂ ਦੀ ਪਰਵਰਿਸ਼ ਕਰ ਰਹੇ ਸੀ, ਪਰ ਸਾਨੂੰ ਕਿਸੇ ਨੇ ਕਰਕੇ ਵੀ ਖਾਣ ਨਹੀਂ ਦਿੱਤਾ, ਕਮਾ ਕੇ ਵੀ ਖਾਣ ਨਹੀਂ ਦਿੱਤਾ ਸਾਨੂੰ। ਉਹਨਾਂ ਨੂੰ ਸਾਨੂੰ ਤਾਂ ਉਹਨਾਂ ਦੇ ਸੁਸਾਈਡ ਨੋਟ ਤੋਂ ਪਤਾ ਲੱਗਿਆ ਵੀ ਉਹਨਾਂ ਨੂੰ ਕੋਈ ਬਹੁਤ ਪਰੇਸ਼ਾਨ ਕਰ ਰਿਹਾ ਸੀ, ਪ੍ਰੈਸ਼ਰ ਪਾਇਆ ਜਾ ਰਿਹਾ ਸੀ ਉਹਨਾਂ 'ਤੇ, ਜਿਨ੍ਹਾਂ ਦੇ ਉਹ ਕਹਿੰਦੇ ਸੀ ਕਿ ਉਹਨਾਂ ਨੂੰ ਬਲੈਕਮੇਲ ਕਰਦੇ ਸੀ ਕਿ ਤੁਹਾਡੀ ਫੈਮਿਲੀ ਦੀ ਫੋਟੋ ਨੇ ਅਸੀਂ ਐਡਿਟ ਕਰਕੇ ਗਲਤ ਤਰੀਕੇ ਨਾਲ ਵਾਇਰਲ ਕਰਾਂਗੇ, ਤੁਹਾਨੂੰ ਬਦਨਾਮ ਕਰਾਂਗੇ, ਤੁਹਾਡੇ ਕੰਟੈਕਟਸ 'ਚ ਪਾ ਦਾਂਗੇ। ਉਹ ਬਹੁਤ ਸ਼ਰੀਫ ਇਨਸਾਨ ਸੀ, ਉਹਨਾਂ ਨੇ ਕਦੇ ਤੁਸੀਂ ਪੁੱਛ ਸਕਦੇ ਹੋ ਪਤਾ ਕਰ ਸਕਦੇ ਹੋ ਸਾਡੇ ਆਂਢ ਗੁਆਂਢ ਵੀ ਜਾ ਕੇ, ਹਰ ਕੋਈ ਉਹਨਾਂ ਦੀ ਤਾਰੀਫ ਕਰਦਾ ਨਹੀਂ ਥੱਕਦਾ। ਉਹਨਾਂ ਨੇ ਕਦੇ ਕਿਸੇ ਨੂੰ ਉੱਚੀ ਆਵਾਜ਼ 'ਚ ਅੱਗੋਂ ਜਵਾਬ ਤੱਕ ਨਹੀਂ ਸੀ ਦਿੱਤਾ, ਉਹ ਆਪਦੀ ਪਰਮਾਨਸੀ ਦੇ ਵਿੱਚ ਹੀ ਬਸ। ਉਹਨਾਂ ਨੇ ਕਿਸੇ ਨਾਲ ਕੋਈ ਗੱਲ ਨਹੀਂ ਕਦੇ ਸ਼ੇਅਰ ਕੀਤੀ, ਕਿਸੇ ਮੇਰੇ ਕੋਲ ਵੀ ਨਹੀਂ ਸ਼ੋਅ ਹੋਣ ਦਿੱਤਾ ਕਿ ਉਹ ਇੰਨੇ ਜ਼ਿਆਦਾ ਪਰੇਸ਼ਾਨ ਨੇ। ਮੇਰੇ ਪੁੱਛਣ ਦੇ ਬਾਵਜੂਦ ਵੀ ਉਹਨਾਂ ਨੇ ਇਹੀ ਕਿਹਾ ਕਿ ਮੈਂ ਬਿਲਕੁਲ ਠੀਕ ਹਾਂ, ਕੋਈ ਇਹ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਪਰੇਸ਼ਾਨੀ ਵਾਲੀ। ਮੈਂ ਬੱਚੇ ਚੜਾਉਣ ਗਈ ਸੀ, ਮੇਰੇ ਡੇਲੀ ਦਾ ਰੂਟੀਨ ਸੀਗੀ, ਮੇਰੇ ਆਉਂਦਿਆਂ ਨੂੰ ਤਿਆਰ ਹੋ ਜਾਂਦੇ ਸੀ, ਮੈਂ ਆ ਕੇ ਖਾਣਾ ਬਣਾਉਂਦੀ ਸੀ, ਉਹ ਜਾਂਦੇ ਸੀ ਡਿਊਟੀ। ਪਰ ਉਸ ਦਿਨ ਉਹਨਾਂ ਨੇ ਬਾਥਰੂਮ ਦਾ ਦਰਵਾਜ਼ਾ ਸੀਗਾ, ਲਗਾਤਾਰ ਟੂਟੀ ਚੱਲਣ ਦੀ ਆਵਾਜ਼ ਆਉਂਦੀ ਸੀਗੀ, ਅਤੇ ਮੈਨੂੰ ਕੁਛ ਅਜੀਬ ਜਿਹਾ ਲੱਗਿਆ। ਮੈਂ ਕਿਹਾ ਕਿ ਉਹ ਲੱਗ ਨਹੀਂ ਰਿਹਾ ਵੀ ਉਹ ਨਹਾ ਰਹੇ ਨੇ ਜਾਂ ਕਿਵੇਂ, ਲਗਾਤਾਰ ਟੂਟੀ ਚੱਲ ਰਹੀ ਹੈ ਪਰ ਨਹਾਉਣ ਦੀ ਕੋਈ ਆਵਾਜ਼ ਨਹੀਂ ਆਉਂਦੀ। ਮੈਂ ਉਹਨਾਂ ਨੂੰ ਆਵਾਜ਼ਾਂ ਮਾਰੀਆਂ ਬਹੁਤ, ਮੈਂ ਕਿਹਾ ਤੁਸੀਂ ਠੀਕ ਹੋ, ਮੈਨੂੰ ਕੋਈ ਆਵਾਜ਼ ਨਹੀਂ ਦਿੱਤੀ ਉਹਨਾਂ ਨੇ। ਮੇਰੇ ਜੇਠ ਦਾ ਬੇਟਾ ਜੀ, ਮੈਂ ਉਹਨੂੰ ਆਵਾਜ਼ਾਂ ਮਾਰੀਆਂ, ਉਹਨੇ ਆ ਕੇ ਆਵਾਜ਼ ਦਿੱਤੀ ਚਾਚਾ ਜੀ ਦਰਵਾਜ਼ਾ ਖੋਲ੍ਹੋ, ਕੁਛ ਨਹੀਂ ਬੋਲੇ ਉਹ, ਅੱਗੋਂ ਉਹਨਾਂ ਨੇ ਕੋਈ ਰਿਸਪੋਂਸ ਨਹੀਂ ਦਿੱਤਾ ਸਾਨੂੰ। ਉਹਨੇ ਦਰਵਾਜ਼ਾ ਭੰਨਿਆ ਤਾਂ ਉਦੋਂ ਤੱਕ ਉਹ ਹੈ ਨਹੀਂ ਸੀਗੇ ਉਹ ਸਾਡੇ ਵਿੱਚ। ਹਾਂਜੀ, ਘਰ ਦੇ ਵਾਸ਼ਰੂਮ 'ਚ। ਅਸੀਂ ਚਾਰ ਹੀ ਮੈਂਬਰ ਸੀ ਜੀ ਪਰਿਵਾਰ ਵਿੱਚ, ਦੋ ਮੇਰੇ ਬੱਚੇ, ਮੇਰੇ ਪਤੀ ਅਤੇ ਮੈਂ। ਪਰ ਹੁਣ ਸਾਡੇ ਪਰਿਵਾਰ 'ਚ ਕੋਈ ਰੁਜ਼ਗਾਰ ਦਾ ਸਾਧਨ ਨਹੀਂ, ਕੋਈ ਕਮਾਉਣ ਵਾਲਾ ਨਹੀਂ, ਉਹ ਇਕੱਲੇ ਕਮਾਉਣ ਵਾਲੇ ਇਨਸਾਨ ਸੀ ਸਾਡੇ ਪਰਿਵਾਰ ਨੂੰ ਚਲਾਉਂਦੇ ਸੀ। ਇਨਸਾਫ ਦੀ ਮੰਗ ਕਰਦੇ ਹਾਂ ਅਸੀਂ, ਸਾਡੇ ਬਾਰੇ ਸੋਚੇ ਪੰਜਾਬ ਸਰਕਾਰ, ਸਾਨੂੰ ਕੋਈ ਮਦਦ ਮੁਹੱਈਆ ਕਰਵਾਈ ਜਾਵੇ। ਔਰ ਪੜ੍ਹਾਈ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਸੀ, ਮਿਹਨਤ ਕਰਨ ਵਾਲੇ ਸੀਗੇ। ਔਰ ਦੂਸਰੀ ਗੱਲ ਇਹ ਹੈ ਜੀ, ਮੈਂ ਜਿਸ ਦਿਨ ਇਹਦੀ ਡੈਥ ਹੁੰਦੀ ਹੈ ਉਹਨਾਂ ਤੋਂ ਜਸਟ 20 ਮਿੰਟ ਪਹਿਲਾਂ ਇਹਨੂੰ ਮਿਲ ਕੇ ਗਏ ਹਾਂ, ਕੁਦਰਤੀ ਮੈਂ ਕਿਸੇ ਕੰਮ ਦੇ ਵਿੱਚ ਇੱਥੇ ਆਇਆ ਸੀਗੇ। ਔਰ ਮੈਨੂੰ ਇਹਨਾਂ ਦੇ ਹਾਵ ਭਾਵ ਤੋਂ ਕੋਈ ਇੱਦਾਂ ਨਹੀਂ ਸੀ ਲੱਗਿਆ, ਲੇਕਿਨ ਉਹ ਇੰਨਾ ਅੰਡਰ ਪ੍ਰੈਸ਼ਰ ਸੀ ਕਿ ਉਹ ਆਪਦੀ ਫੈਮਿਲੀ ਨੂੰ ਅਤੇ ਉਹ ਦੂਜਿਆਂ ਨੂੰ ਮਹਿਸੂਸ ਨਹੀਂ ਸੀ ਕਰਦੇ ਕਿ ਮੈਨੂੰ ਕੋਈ ਕਿਸ ਤਰ੍ਹਾਂ ਦਾ ਹੈਗਾ। ਉਹ ਤਾਂ ਸਾਨੂੰ ਜਦੋਂ ਇਹਦੀ ਡੈਥ ਤੋਂ ਅਸੀਂ ਇਹਨਾਂ ਦਾ ਮੋਬਾਈਲ ਵਗੈਰਾ ਚੈੱਕ ਕੀਤਾ ਤਾਂ ਉਹਦੇ ਮੋਬਾਈਲ ਦੇ ਪਿਛਲੇ ਪਾਸੇ ਸੂਸਾਈਡ ਨੋਟ ਲਿਖਿਆ ਹੋਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਮੈਨੂੰ ਕਰੀਬ 6 ਮਹੀਨਿਆਂ ਦੇ ਲਗਭਗ ਹੋ ਗਏ ਨੇ ਵੀ ਮੈਨੂੰ ਇਹ ਜਿਹੜੇ ਹੈਂਕਰ ਨੇ ਇਹਨਾਂ ਨੇ ਮੇਰਾ ਜਿਹੜਾ ਡਾਟਾ ਸੀਗਾ ਉਹ ਹੈਂਗ ਕੀਤਾ ਪਿਆ ਸੀਗਾ। ਔਰ ਜਿਸਦੇ ਕਰਕੇ ਉਹ ਸਾਨੂੰ ਵਾਰ ਵਾਰ ਇਹਨਾਂ ਨੂੰ ਪੈਸੇ ਦੀ ਡਿਮਾਂਡ ਕਰਦੇ ਸੀ, ਔਰ ਇੱਥੋਂ ਤੱਕ ਕਿ ਉਹ ਨਾਲ ਇਹ ਵੀ ਕਹਿੰਦਾ ਸੀ ਵੀ ਜੇ ਤੂੰ ਕਿਸੇ ਨੂੰ ਰਿਪੋਰਟ ਕੀਤੀ ਜਾਂ ਤੂੰ ਮੋਬਾਈਲ ਆਪਦੀ ਸਿਮ ਔਫ ਕੀਤੀ ਤਾਂ ਤੇਰੇ ਪਰਿਵਾਰ ਨੂੰ ਤੇਰੇ ਬੱਚਿਆਂ ਨੂੰ ਵੀ ਅਸੀਂ ਮਾਰ ਦੇਵਾਂਗੇ। ਔਰ ਇਹਦੇ ਵਿੱਚ ਇਹ ਫੈਮਿਲੀ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਗਾ, ਔਰ ਜਿਹੜੇ ਬੱਚੇ ਨੇ ਬਹੁਤ ਇੰਟੈਲੀਜੈਂਟ ਨੇ,
मैं एक ਤੁਹਾਡੇ माध्यम राही सरकार तो यह बेनती करनी चाहते हैं भी अगर कोई यहोजे वो ऐप चलते है और उन्होंने बैन किया जाए जिदे जिदे बहकावे दे विच आके जां असी रोज़मर्रा की जिंदगी दे विच कोई फोन कॉल आउंदी है कोई मैसेज आउंदा है जां किसी नूं कुछ भी है उन्दे रास्ते दे उन्दे राही ये लोगों नूं अज तां असी एक प्रभजीत सिंह खोया है और पता नहीं किन्ने कु प्रभजीत सिंह खोए गए है जिहड़े अज असी प्रेस कॉन्फ्रेंस करन दा साडा मेन मकसद यही सीगा कि लोगों तुहाडे माध्यम राही जिथों तक भी साडी आवाज़ पहुँचती है उथों तक पहुँचाई जाए ਤਾਂ ਕਿ ਆਉਣ ਵਾਲੇ ਟਾਈਮ ਤੇ ਕਿਸੇ ਭੈਣ ਦਾ ਭਰਾ ਕਿਸੇ ਪਤਨੀ ਦਾ ਹਸਬੰਡ ਇਹ ਮਤਲਬ ਇਸ ਨੌਬਤ ਤੱਕ ਨਾ ਜਾਵੇ ਕਿਸੇ ਮਾਂ ਦਾ ਪੁੱਤ ਨਾ ਖੋਇਆ ਜਾਵੇ ਔਰ ਜਿੱਥੋਂ ਤੱਕ ਅਸੀਂ ਪ੍ਰਸ਼ਾਸਨ ਕਾਰਜ ਪ੍ਰਣਾਲੀ ਤੇ ਇੱਕ ਸਾਨੂੰ ਥੋੜਾ ਜਿਹਾ ਹੈਗਾ ਗਿਲਾ ਵੀ ਇਹ ਵੀ ਅੱਜ ਤੱਕ ਉਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਔਰ ਜੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਤਾਂ ਉਹ ਕਹਿੰਦੇ ਨੇ ਅਸੀਂ ਕਾਰਵਾਈ ਅਮਲੀ ਰੂਪ 'ਚ ਲਿਆ ਰਹੇ ਹਾਂ और मैं सरकार पंजाब सरकार को बेनती करनी चाहना कि अपने लैवल ते एहो जे आंसरां नूं ठल पाई जावे तां कि होर कोई नौजवान जिस तरह कि आपां आम सुनदे आ कि चिट्टे दे नाल लोग मरदे ने तां इह वी एक बुरा दैंत है जिहड़े लोकां नूं भोले भाले लोकां नूं फसाया जांदा उहनां दी लुट कीती जांदी है और नौजवानां दी मैं जित्थों तक वेख्या है अगे भी कई खबरां सुणियां क्योंकि असीं भी जथेबंदी दे विच चलते हैं और गल्लां सुनते रहने कि नौजवान ही हरेक पासे शिकार हो रहा जे साडे नौजवानां दे नाल ये कुछ होएगा तो साडे सिस्टम ते एक सवालिया चिन्ह है असी इस नूं सरकार तो बेनती करते हैं कि इहदे अगर एक प्रभजीत सिंह नूं इंसाफ मिलेगा तो होर प्रभजीत सिंह जान नहीं खोएगा। धन्यवाद।